वेलकम बैक गाइस, थोड़े अपने यूट्यूब चैनल पे मैं आवाज सुलेमान इमैनुअल। तो गाइस उम्मीद करना तुसी सारे वधिया होवोगे, कैम होवोगे ते रिएक्शन एंजॉय करते होवोगे। जे रिएक्शन एंजॉय करते हो कमेंट करके लाजमी दस्या करो। तो अज असी हाजर हाँ दोबारा एक बड़ी खास वीडियो लैके, सिद्धू मूसेवाला जी का इंटरव्यू हुए तो नेहा मिनास ने इंटरव्यू हुए तो ये 2019 का इंटरव्यू हुए। तो ये पहला पार्ट असी कर लिया, जिन्हें नहीं वेख्या डिस्क्रिप्शन में लिंक मौजूद है, तुसी जाके वेख सकते हो। अज असी दे पार्ट टू तो वेखने अगे की गलबात हुई है। वीडियो स्टार्ट करने हैं, वीडियो स्टार्ट करने तो पहले थोड़े सारे ने रिक्वेस्ट, तुम इतने आ ही गए हो, चैनल में सबसक्राइब करना ना भूलियो तो बैल आइकन भी जरूर प्रेस कर लियो। ऐप फिर साड़ी लेटेस्ट वीडियो की अपडेट थोड़ा टाइम के नाल मिलती रहेगी। वीडियो स्टार्ट करने हैं, बाकी फिर गल्ला बाद चो करते रहेंगे तो वीडियो शुरू करने हैं। पर कई कई बंदे असी अजकल देख रहे हैं, कई आर्टिस्ट असी अजकल देख रहे हैं कि सिद्धू ना भी मतलब हो भी तां भी सिद्धू दी कोई गल चक लेंदे हैं या बोल पैंदे हैं लाइव होके सिद्धू दे बारे। उस वेले सिद्धू नूं किस तरह का फील होंदा कि यार मैं तो इहदे नाल कदी गल भी नहीं कीतियां, मैं कदी सोचा भी नहीं सी कि इदां तो होऊगा। मैडम बड़ी हैरानी दी गल है जी, मैं हैरान होना हुंदा वी यार, आह बंदे तो मैं गाने सुने आ है ना जी। कई कई बारी इदां हुंदा वी, कोई कोई कई बारी मैनूं कोई बोली जांदा सिद्धू आया सिद्धू आया, मैं सोचदा ਵੀ ਯਾਰ ਤਾਂ ਗਾਣੇ ਹੀ ਬੜੇ ਘੈਂਟ ਗਾਉਂਦਾ ਸੀ ਯਾਰ ਬੰਦਾ, ਇਹਨੂੰ ਕੀ ਹੋਇਆ, ਇਹਨੂੰ ਕੀ ਹੋ ਗਿਆ ਵੀ ਭਰਾਵਾ ਤੇਰੇ ਤਾਂ ਗਾਣੇ ਸੁਣਦੇ ਰਹੇ ਹਾਂ ਅਸੀਂ, ਤੈਨੂੰ ਕੀ ਹੋ ਗਿਆ, ਮੈਂ ਤੈਨੂੰ ਵਧੀਆ ਬੰਦਾ ਮੰਨਦਾ ਸੀ ਯਾਰ। ਵੀ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨਾਂ ਕ੍ਰੀਏਟ ਹੁੰਦੀਆਂ ਨੇ ਹੈ ਨਾ, ਕਈ ਦਿਨ ਹੋ ਗਏ ਜਦੋਂ ਤੁਹਾਡੀ ਇੰਟਰਵਿਊ 'ਚ ਕੁਛ ਪਤਾ ਨਹੀਂ ਕੀ ਹੋਇਆ ਸੀਗਾ ਅਤੇ ਮੈਂ ਸੋਚਿਆ ਮੈਂ ਯਾਰ ਇਹਦੇ ਤਾਂ ਗਾਣੇ ਸੁਣਦੇ ਹੁੰਦੇ ਸੀ ਆਪਾਂ, ਇਹਦੇ ਉਹ ਗਾਣਾ ਕਿੱਡਾ ਘੈਂਟ ਸੀ, ਉਹ ਗਾਣਾ ਘੈਂਟ ਸੀ, ਵੀ ਇਹਨੂੰ ਕੀ ਹੋ ਗਿਆ ਬੈਠੇ ਬੈਠੇ ਨੂੰ ਹੈ ਨਾ। ਵੀ ਇਹਦਾ ਤਾਂ ਆਪਾਂ ਨਾ ਕੁਛ ਚੱਕਿਆ, ਨਾ ਕੋਈ ਲੈਣਾ, ਨਾ ਦੇਣਾ, ਨਾ ਕੋਈ ਤਿੰਨਾਂ 'ਚੋਂ, ਨਾ 13 'ਚੋਂ, ਨਾ 13 'ਚੋਂ, ਨਾ ਸਵੇਰਾਂ 'ਚੋਂ, ਵੀ ਇਹ ਕਿੱਧਰੋਂ ਆਈ ਜਾਂਦਾ ਹੈ ਨਾ। ਪਰ ਫਿਰ ਦੇਖ ਕੇ ਹੈਰਾਨੀ ਹੁੰਦੀ, ਫਿਰ ਦੇਖਦੇ ਹਾਂ ਵੀ ਦਸਤੂਰ ਹੈ ਮਿੱਤਰਾ, ਵੀ ਇਹ ਤਾਂ ਚੱਲੀ ਜਾਣਾ, ਵੀ ਉਹੀ ਗੱਲ ਹੈ ਜੀ ਵੀ ਜਿਹੜੀ ਬੇਰੀ 'ਤੇ ਫਲ ਹੁੰਦਾ ਉਹ 'ਤੇ ਡਲੇ ਵੱਜ ਜਾਏ ਜੀ, ਵੱਜ ਜਾਣਾ ਜੀ, ਮਾਰੀ ਜਾਣਾ, ਆਪੇ ਟਿਕ ਜਾਂਦੇ ਬਹਿ ਜਾਂਦੇ ਜੀ, ਫਿਰ ਜਦੋਂ ਪਤਾ ਲੱਗ ਜਾਂਦਾ ਵੀ ਹਿਸਾਬ ਨਾਲ ਚੱਲੀਏ ਵੀ ਕਿਤਰ ਵਾਲਾ ਕੰਮ ਹੀ ਆ। ਲੋਕ ਲੋਕਾਂ ਹੁੰਦੀ ਨਾ ਨਹੀਂ ਜੀ, ਲੋਕ ਦੇਖਦੇ ਨੇ ਜੀ ਸਾਰੇ, ਸਭ ਤੋਂ ਜ਼ਿਆਦਾ ਔਡੀਅੰਸ ਜਿਹੜੀਆਂ ਜੀ ਉਹਨਾਂ ਨੂੰ ਪਤਾ ਲੱਗਦਾ ਵੀ ਕੌਣ ਕਿੱਥੇ ਬੋਲ ਰਿਹਾ, ਇਹ ਜੇ ਅੱਜ ਕਿਸੇ ਨੂੰ ਗਾਲ ਕੱਢ ਰਿਹਾ ਤਾਂ ਕੀ ਮਤਲਬ ਆ ਹੈ ਨਾ। ਬਿਲਕੁਲ ਸਮਝ ਰਹੇ, ਕੋਈ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਜੇ ਆਪਾਂ ਕਹੀ ਵੀ ਮੈਂ ਨੈਗੇਟਿਵ ਵੀ ਮੈਂ ਜਾ ਕੇ ਕਹਾਂ ਵੀ ਫਲਾਨਾ ਤਾਂ ਆਇਆ, ਉਹ ਸੱਭਿਆਚਾਰ ਖਤਮ ਹੋ ਜੂਗਾ ਫਲਾਨਾ, ਉਹਨਾਂ ਨੂੰ ਸਾਰਾ ਕੁਝ ਪਤਾ ਹੀ, ਉਹ ਸੁਣਦੇ ਨੇ ਤੁਸੀਂ 9 ਤੋਂ 5 ਕੰਮ ਕਰਦੇ ਜੀ, ਤੁਸੀਂ ਕੀ ਲੈਣਾ, ਤੁਸੀਂ ਸਿਰਫ ਇਹ ਸੁਣਨਾ ਵੀ 9-5 ਵਜੇ ਤੱਕ ਮੈਂ ਸਿਰ ਖਪਾਈ ਕਰਕੇ ਆਈ ਹਾਂ ਦਫ਼ਤਰ, ਮੈਂ ਗਾਣੇ ਸੁਣਨ 10 ਮਿੰਟ ਮੇਰਾ ਦਿਮਾਗ ਠੰਡਾ, ਚਲੋ ਜੀ ਹੈ ਨਾ, ਕਿਹੜੀਆਂ ਗੱਲਾਂ ਕਰੀਆਂ ਨੇ ਜੀ। ਚਲੋ ਮੈਂ ਤਾਂ ਤੁਹਾਨੂੰ ਇਹ ਨਹੀਂ ਕਹਾਂ, ਤੁਸੀਂ ਸਾਰੇ ਸੀਨੀਅਰ ਹੋ ਬਾਈ, ਤਜਰਬਾ ਤੁਹਾਡੇ ਕੋਲ ਠੀਕ ਹੈ, ਜੇ ਤੁਹਾਨੂੰ ਲੱਗਦਾ ਵੀ ਕੁਛ ਠੀਕ ਹੈ ਠੀਕ ਹੈ, ਬਸ ਪਰ ਪਿਆਰ ਮੁਹੱਬਤ ਨਾਲ ਕੋਈ ਚੀਜ਼ ਕਹਿਣ ਦਾ ਵੇ ਹੁੰਦਾ, ਹਰੇਕ ਚੀਜ਼ ਨਫ਼ਰਤ ਨਹੀਂ ਹੁੰਦੀ, ਮੈਂ ਇਹ ਕਹਿੰਦਾ ਵੀ ਸਾਰੇ ਇਕੱਠੇ ਰਹੋ ਠੀਕ ਹੈ ਨਾ ਜੀ। ਉਹ ਆਹੀ ਬੇਨਤੀ ਕਰ ਸਕਦੇ ਹੋਰ ਕੀ ਕਹਿ ਸਕਦੇ ਆਪਾਂ, ਹੋਰ ਤਾਂ ਕੋਈ ਕੋਈ ਸੈਂਸ ਕੀ ਕਿਸੇ ਨੂੰ ਕੀ ਜਵਾਬ ਦੇਵਾਂਗੇ ਜੀ ਇਸ ਚੀਜ਼ ਦਾ, ਕੋਈ ਮੂਡ ਹੀ ਨਹੀਂ ਹੈਗਾ ਹੈ ਨਾ। ਹੁਣ ਮੈਂ ਕਿਉਂ ਕਿਉਂ ਗੱਲ ਕਹੀ ਵੀ ਆਪਾਂ ਕਿਸੇ ਨੂੰ ਬੋਲਣੀ ਨਹੀਂ, ਅੱਜ ਤੋਂ ਬਾਅਦ ਗੱਲ ਇਹ ਹੈ ਵੀ ਯਾਰ ਮੈਂ ਸਿਰਫ ਇਸੇ ਗੱਲ ਕਰਕੇ ਲੜੀ ਜਾਵਾਂ ਵੀ ਤੂੰ ਮੈਂ ਘੈਂਟ ਹਾਂ ਤੁਸੀਂ ਮਾੜੇ ਹੋ, ਕਿਹੜੀ ਗੱਲ ਕਰਕੇ ਲੜਾਂ ਮੈਂ, ਕਿਉਂ ਲੜਾਂ ਬਾਈ ਦੱਸ, ਸਿਰਫ ਇਸੇ ਗੱਲ ਕਰਕੇ ਇਹੀ ਸੈਟਿਸਫਾਈ ਕਰਨ ਵਾਸਤੇ ਵੀ ਮੈਂ ਵੱਧ ਘੈਂਟ ਲਿਖਦਾ ਤੁਸੀਂ ਘੱਟ ਲਿਖਦੇ ਹੋ, ਮੈਂ ਤੁਹਾਡੇ ਨਾਲ ਉੱਤੇ ਆ ਜਾਂ ਕੁਝ, ਠੀਕ ਹੈ ਜੀ ਦੁਨੀਆ ਨੂੰ ਪਤਾ ਸਾਰਾ ਕੁਛ, ਮੈਂ ਵੀ 2 ਸਾਲ ਇਸ ਚੀਜ਼ 'ਤੇ ਖਪਾ ਖਪਾਈ ਹੁੰਦਾ ਰਿਹਾ ਵੀ ਹਾਂ ਮੈਨੂੰ ਉਹਨੇ ਐਵੇਂ ਬੋਲਤਾ, ਮੈਂ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਛੱਡਣਾ ਨਹੀਂ, ਮੈਂ ਸਾਰਿਆਂ ਨੂੰ ਗਾਰ 'ਚ ਬਿਠਾ ਦੂੰ, ਇਹ ਕਰ ਦੂੰ, ਠੀਕ ਆ ਯਾਰ ਹੌਲੀ ਹੌਲੀ ਮੈਚੋਰ ਹੁੰਦਾ ਬੰਦਾ ਸਮਝਦਾ ਨਾ, ਬਿਲਕੁਲ ਵੀ ਠੀਕ ਆ ਭਰਾ ਜਿੰਨਾ ਚਿਰ ਤੁਸੀਂ ਜੇ ਤੁਸੀਂ ਐਡੇ ਘੈਂਟ ਹੋ ਤੁਹਾਨੂੰ ਲੱਗਦਾ ਮੇਰੇ ਤੋਂ ਤੁਸੀਂ ਵਧੀਆ ਕਰ ਦਿਓ ਕਰ ਦਿਓ, ਮੈਂ ਤੁਹਾਨੂੰ ਰੋਕਿਆ ਤਾਂ ਨਹੀਂ, ਮੈਂ ਤੁਹਾਡੇ ਕਾਪੀਆਂ ਨਹੀਂ ਪਾੜੀਆਂ, ਤੁਹਾਡੇ ਪੈੱਨ ਨੇ ਤੁਹਾਡੇ ਫੜ ਕੇ ਤੁਹਾਡਾ ਸਟੂਡੀਓ ਨੂੰ ਨਹੀਂ ਅੱਗ ਲਈ, ਮੈਂ ਜੇ ਤੁਹਾਡੇ ਤੁਸੀਂ ਮੇਰੇ ਤੋਂ ਬੈਟਰ ਹੋ ਕਰੋ, ਓਬਵੀਅਸ ਗੱਲ ਵਧੀਆ ਗੱਲ ਹੈ, ਮੈਨੂੰ ਤਾਂ ਖੁਸ਼ੀ ਹੁੰਦੀ ਹੈ ਚਾਹੇ ਮੇਰਾ ਕੋਈ ਵਿਰੋਧੀ ਵੀ ਆਏ ਬਣ, ਮੈਨੂੰ ਇਹ ਖੁਸ਼ ਜੇ ਕੋਈ ਸਕਸੈਸਫੁਲ, ਮੈਨੂੰ ਕਈ ਬੰਦੇ ਕਹਿ ਦਿੰਦੇ ਨੇ ਰੋਜ਼ਮਰ੍ਹਾ ਦੀਆਂ ਜ਼ਿੰਦਗੀ 'ਚ ਗੱਲਾਂ ਨੇ ਜੀ, ਕਈ ਵਾਰ ਕਹਿੰਦੇ ਨੇ ਸਿੱਧੂ ਤੂੰ ਫਲਾਨੇ ਬੰਦੇ ਨੂੰ ਜੇ ਨਾ ਬੋਲਦਾ ਨਾ ਅੱਜ ਰੋਟੀ ਨਾ ਚੱਲਦੀ ਉਹਦੀ, ਮੈਂ ਹਮੇਸ਼ਾ ਮੇਰਾ ਇੱਕ ਜਵਾਬ ਹੁੰਦਾ ਮੈਡਮ ਵੀ ਰੋਟੀ ਦੇਣ ਵਾਲਾ ਮੈਂ ਕੌਣ ਹਾਂ ਜੀ, ਠੀਕ ਹੈ ਜੀ ਰੋਟੀ ਤਾਂ ਜਿਹੜੀ ਪਰਮਾਤਮਾ ਨੇ ਲਿਖੀ ਸੀ ਇਸੇ ਤਰੀਕੇ ਨਾਲ ਲਿਖੀ ਸੀ ਤਾਂ ਉਹਨੂੰ ਮਿਲ ਗਈ ਹੈ, ਅਤੇ ਮੈਂ ਉਹਨੂੰ ਕਹਾਂ ਵੀ ਯਾਰ ਹਾਂ ਓਏ ਤੈਨੂੰ ਮੈਂ ਗਾਲ ਕੱਢੀ ਤਾਂ ਤੂੰ ਤੇਰਾ ਨਾਂ ਹੋ ਗਿਆ ਜੇ ਫਲਾਣੇ ਤੇ, ਠੀਕ ਹੈ ਜੀ ਕਿਤੇ ਕਿਤੇ ਗੱਲਾਂ ਉਹ ਸੀਗੀਆਂ ਵੀ ਮੈਂ ਲੜਿਆ ਜਾਂ ਕੁਛ, ਪਰ ਮੈਂ ਇਹ ਤਾਂ ਨਹੀਂ ਕਰ ਸਕਦਾ ਵੀ ਮੈਂ ਇਹ ਕੀਤਾ, ਉਹ ਪਰਮਾਤਮਾ ਦਾ ਜ਼ਰੀਆ ਸੀ, ਉਹਨਾਂ ਨੇ ਮੈਨੂੰ ਘੱਟ ਵੀ ਉਦੋਂ ਮੇਰੇ ਤੋਂ ਮੈਂ ਬੋਲਿਆ ਹੈ ਨਾ, ਕਿਉਂ ਬੋਲਿਆ ਕਿਹੜੀ ਗੱਲ 'ਤੇ ਬੋਲਿਆ ਵੀ ਉਹ ਪਰਮਾਤਮਾ ਨੇ ਉਹਨੂੰ ਦਿੱਤਾ ਜੀ, ਜੇ ਆਪਾਂ ਕਹੀਏ ਕਰੀਅਰ ਵੀ ਮੇਰੇ ਕਰਕੇ ਗਾਇਆ ਤਾਂ ਉਹਨੇ ਆਪਦਾ ਹੀ ਹੈ ਨਾ, ਮੈਂ ਤਾਂ ਨਹੀਂ ਉਹਨੂੰ ਦੇ ਕੇ ਪ੍ਰਮੋਸ਼ਨ ਕਰਕੇ ਆਇਆ ਵੀ ਚੱਕ ਚੱਕ ਨਾ, ਤਾਂ ਚਲੋ ਜੋ ਵੀ ਚਲੋ ਮੇਰੀਆਂ ਕੁਛ ਕਮੀਆਂ ਸੀ ਜ਼ਿੰਦਗੀ ਦੇ ਵਿੱਚ, ਸਾਰੇ ਬੰਦੇ ਸਿੱਖ ਰਹੇ ਆ ਜੀ, ਕੋਈ ਬੰਦਾ ਮਾਂ ਦੇ ਢਿੱਡੋਂ ਤਾਂ ਸਿੱਖ ਕੇ ਨਹੀਂ ਆਉਂਦਾ ਵੀ ਐਡਾ ਸਿਆਣਾ ਜੰਮਦਾ ਵੀ ਨਹੀਂ ਜੀ ਕੋਈ ਗਲਤੀ ਵੀ ਨਹੀਂ ਕਰੂਗਾ, ਸਾਰੇ ਗਲਤੀਆਂ ਕਰਦੇ ਆ ਜੀ, ਵੀ ਇਹ ਪਰਮਾਤਮਾ ਇਹ ਚੀਜ਼ਾਂ ਵੀ ਸਾਰਿਆਂ ਨੂੰ ਸਮਝਣੀਆਂ ਚਾਹੀਦੀਆਂ ਨੇ, ਉਹ ਉਹੀ ਗੱਲ ਟਾਈਮ ਦੇ ਨਾਲ ਸਮਝਦਾ ਜੀ, ਕਈ ਵਾਰੀ ਬੰਦੇ ਨਾਲ ਦੇ ਨਹੀਂ ਸਮਝਣ ਦਿੰਦੇ ਵੀ, ਪਰ
कोई किसी चीज़ का फायदा नहीं है, कोई नैगेटिविटी नहीं। मैं तो सिर्फ यही कहना भी पॉजिटिव रहो, सब तो वे जिंदगी का थोड़ी सेहत का थोड़ी फेम का थोड़ी चढ़ाई का पॉजिटिविटी राज है, इनू ना टुटन दो। क्योंकि साढ़े वर्गा बंदा खास करके मेरे वर्गा, मैंने किसी बड़े बंद सियाने बंद ने गल कही कहना जो तेरे वर्गा तेन दुनिया नहीं हरा सकती, जो तेरे वर्गा बंदा हारूगा ना तू आपदे तो आप हारेगा, बस आपदे तो आप ना हारी। बस उही गल कहना भी मैं तो आपदे तो नहीं हारना, मैंने दुनिया का रौल ही नहीं कोई आह चीज़ है। अच्छा बहुत ज़्यादा पिछे मुद्दे चक्के गए है ना सिद्धू थानू लैके, बहुत सारे बंद ने कहीं ने कह कि हथियारों पर क्यों गीत गाँवते हैं या इस तरह की चीज़ क्यों प्रमोट कर रहे हैं या ये वर्ड क्यों यूज़ कर लिया इस गीत दे विच। पेरेंट्स थोड़े है ना थोड़े नाल होंगे हमेशा, फादर साहब असं देखिए थोड़े नाल हमेशा शोज से होंगे, उन्होंने उस वेले उन्होंने वालों की रिएक्शन होंगे, वो किस तरह तुम काम डाउन करते कि सिद्धू हजे इस चीज़ से रिएक्ट ना करना है, हजे बेस्ट टाइम नहीं है, हजे ठीक टाइम नहीं है, इसको इग्नोर करो, किस तरह समझाते हैं? पता की गल है, हूँ तुम भी देख के आए हो कि कविता जी तो बिलोंग करते हैं तो अपने मापे कि नहीं, इन्होंने तो मैंने समझा पैदा कई चीज़ें यह जी होंगे, कदे कदे मैं भी मत दें तो मैं भी इन्होंने समझा भी मम्मी इन्नी सौखी चीज़ नहीं हैगी, तुम टेंशन ना लो। उन्होंने जो फेसबुक से लोग बड़ा कुछ बोलते अजक बड़ा कुछ कहें भी फलाना धमका माँ प्यो न ये वो बड़ा टेंशन ऐ कहो बोलते हैं, पता है क्यों बोलते हैं भी इन्होंने कोई मम्मी कोई नहीं टेंशन ना लो, कोई चक्कर वाली गल नहीं, काम तुम फेसबुक ना चलाया करो, थोड़ा बड़ी बारी क्या तुम आह ना कराया करो भी। देखो जी एडा बेवकूफ कोई हुंदा नहीं, हो नहीं सकता भी जो कोई किसी जान के किसी कुछ माड़ा बोलो या नैगेटिव बोलो, है ना जी। हुण यही गल है जी, कोई भी गाना तुम किसी वर्ग से चलाओगे वो कोई किसी का की रिएक्शन हो किसी का की रिएक्शन हो इंजॉय सारे ही करते हैं जी, है ना जी। तो भी चलो ठीक है जी, दस्तूर है दुनियादारी का, मैं तो इस चीज़ कहना नहीं भी जो तुम सियाने हो जी, जो थोड़ा वधिया नहीं लगते तो मेरा जी म्यूजिक ब्लॉक कर दो, मेरा चैनल अनसबसक्राइब कर दो, काटा मार दो भी ये बंदा गाना सुनना नहीं, ना मैं आपके टब्बर से सुन देना दैट्स इट। किसी जो तुम चाहते भी हो ना कोई बंदा साढ़े तो दूर रहे, बहुत ईजी चीज़ है जी, डिलीट वाला बटन सारे ने फोन चुनता ना सुनो भाई, काटा मार दो, ये बंदा सुनना ही नहीं। सिद्धू मूसेवाला गलत गाँव है, यदि गायकी गलत है, फैमिली नूं सिख्या रही है बहुत गलत है जी, काटा मार दे जी। पर किसी बारे माड़ा चंगा बोलना किसी चीज़ का वे नहीं है। अजक पता की गल है जी, अजक हरेक फैमिली फ्रस्ट्रेशन बहुत ने, तो सोशल मीडिया ही रह गया कट्टण दा तरीका जी, भी किसी नूं बोल दे भी हुण गुस्सा मैं लड़किया वा मम्मी पापा नाल, मैं कहना थोड़ी भैन नूं थोड़ी नूं है ना भी मैं गाला कढ़ी जावां किसी नूं जी, है ना। वो फिर मैनू सड़ सज भी चल इधर तो निकल गया मेरा, उधर कितने तो निकल गया जी, चलो ठीक है जी, कहता निकल है ना लिखा हों किसी भी क्या पता कह दें भी चलो ठीक है भी, वो कहते नहीं होंगे बुढ़िया भी कोई नहीं पता दुनिया मैल तो होंगी है ना, कहीं चक्कर नहीं जाए कहते चल ठीक है जितने यार इन्ने बोल गए तू बोल दिया राजी है ठीक है बस तू कचरे अपना तो है जी, ठंडे दिमाग ना भी यही है जी, जो आप एंगरी हो जाएंगे फिर उन्होंने अपने कोई फर्क नहीं पैदा। पर अदो कि बुरा लगता है जो तुम किसी गलत इंटेंशन कोई चीज़ नहीं लिखी होंगी है बट स्टिल उस किसी होर वे दे विच लैके जाके फिर उस चीज़ से इन्ने मुद्दे बना देंगे। पता की गल है मैडम जी, मैं बड़े क्वेश्चन पूछता हूँ, मैं एक गीत लिखा हाँ और मैं रिलीज़ नहीं, मैं रिकॉर्ड भी नहीं किया, मैं लीक ना हो जाए, मैं गाना करूँगा रिलीज छेती करूँगा। मैं एक गल सोचता भी इंसान गलती ना पुतला जी सारे तो हो जाती है, पर मैं एक गल कहना भी जो सानू अपना क्यों नहीं मानते यार, असं गा रहे हाँ असं किसी लोगों के असी कोई कोई मैं जोश तो है नहीं क्रिश्चन नहीं है, मैं भी सिख हाँ जी, मैं सरदारा का मुंडा जी है ना, मेरे सिर पर पग है जी, मैं केस रखे हुए है ना जी, ठीक है हाँ मैं पूरे बाने च नहीं है, हजे मेरी दाढ़ी कट्टी हुई है, चलो जो मैंने वाहगुरु ने सोझी दी मैं शायद उस बाने भी आ जा जो मैंने सोझी भी एवें बिहेव क्यों किया जाता भी जो असी सिख पंथ के दुखी नहीं है भी जो असी कुछ यहोजा मैं कुछ यहोजा उच्चारण करूँगा भी जिदे मेरे धर्म की रेपो डाउन होंगी है, कद हो सकता जी अदा मैं कदे सोचूंगा तुम कदे सोचोगे चाहे तुम हिंदू हो जो तुम हिंदू भी हो तुम कदे सोचोगे भी जो आप विष्णु जी बारे जां श्री कृष्ण जी बारे कुछ गलत बोलेंगे तुम इंटेंशनली कदे बोलोगे, कदे नहीं हो सकता जी, मेरी भी इंटेंशन नहीं सी, चलो जो हो गया किसी ने क्रिटिसाइज करता ये करता, चलो जो थोड़ा कितने गलती भी लगी है जी आप कहने भी चलो दोनों हाथ जोड़ के जी, मैं कोई होर बंदा हों बंदे मूहरे मैं शायद ना मंगता, पर भी चल अपने धर्म की गल अपने पंथ की गल अपने श्री गुरु ग्रंथ साहब जी की गल है ना अपने योध्या की गल है, चलो ठीक है जी जे कितने गलती हुई है तो माफ़ी, पर मैं एक ही गल कहना भी जे ईवन किसी तो कुछ गलती होंगी है ना जे कोई जे मापे आपके जवाक में घूरते भी होंगे ना तो उन्होंने थोड़े टाइम बाद बुक्कड़ भी ले लेंगे बिल्कुल भी पुत कोई गल नहीं चल जे कुछ हो गया
कोई नहीं फिर की होगा, पर सियाना हो जाए अगली बार यह कुछ कर। पर जे तुसी उन्हां नफरत ही करोगे ना, नफरत किसी चीज़ का कोई हल नहीं, तो सिर्फ नफरत भी उस गल करके भी सिर्फ चांदी चमकाउण करके, ये तो उदों ही माड़ी गल है। साडा तां जी धर्म ही फॉरगिवनेस टिकिया होया जी, साडा सिख पंथ साडे गुरुआं ने किड्डे किड्डे बेदावे लिखे हुए मोड़े ने जी, असी की करता यार। बाकी असी तो आप सीधा हिस्सा अच्छ तक खुद चाहते हैं भी साड़ी पग हॉलीवुड च जाए यार, लोग सल्यूट मारन, घट्टो घट्ट पता तो लगे भी आइडेंटिटी की है जी। मैं न्यूयॉर्क शो किया जी, डेविस्ट परफॉर्म कर रहा मेरे नाल, हॉलीवुड का रैपर है एक, पिछले दिन जो परफॉर्म किया डेविस, नहीं नहीं वो तो पहला, यह तो सीगा अपना की नाम है मिस्ट स्टेफलन, न्यूयॉर्क की गल है पिछले साल की। वो पहला चलो आप आपकी फीलिंग हों बंद आपकी फीलिंग से ही, मैं भी कालिया कोलिया रैपर है ना, भी चलो हों ही सारे है ना, हरेक आप अपनी चढ़ाई का माण हों। चलो उदो पहला उन्हें बुलाया बुलाया, असी उस हाथ हथ मिलाया, चलो ठीक है फॉरमैलिटी मारी, असी बहार आ गए भी है। मैं जो गया ना स्टेज पर जी, तो हूँ परफॉर्म कर लगे, मेरी परफॉर्मेंस तो बाद मैं उदू बाद गया ना जो है, तो एकदम जिमें अपने जट भाई होंगे ने सारे भाई पाती कूक जी सारा कला कला गाँव यार, मैं शो शू करके मुकर आया वापस, तो वाल मुंडा से एक जे रोज़ भी काला ही, उन्हें फेस टाइम ला लिया नास न, है ना, कहना ब्रो भी आ घेंट बंदा, कहना इन्हें भी अज भी फुल आने, कहना भी आ करे आ हाल ही देखा मैं, मैंने कट्टा ही गलबात करके, मैं कहना ब्रो भी इन्ने रैपर आए इतने, कहना करे आ हॉल के आ हाल नहीं होया भी, जेडे हिसाब भी क्राउड यार सारे गाने याद ने यार, भी ए भी कली कली चीज़ याद है यार तेरी, कोई एक गल कहना दो कहते हैं मोरू, है ना, हाँ बई हाँ भी वधिया साडा, मैं डेविस पता की कहना, कहना सर भी कहना मैं तेरे भी तेरी कम्यूनिटी के बंद जिसे सिर पर पग बनते मैं बहुत यूजली देख रहा, तो बहुत घट देखना है ना, भी कदे मैं कदे टैक्सी च कदे असी देखे भी हाँ, कहना सानू पता भी यह इंडियन आना, भी सानू यह नहीं पता भी ये है कि है, कहना यार तू अज आया, कहना मैं ए लगे भी सारा न्यूयॉर्क ही इन्हों का, सारे ही पगे यार सारे ही पगे, है ना, कहना यार कमाल है यार भी तू सारी कौम इतने भी कौम ही तुम भी एक, है ना, भी थोड़ी कम्यूनिटी इकट्ठी करती एक थाना, मां भी मेरे प्यार है ना भी प्यार भी उन्होंने वास्ते यार कि वही गल है, बिल्कुल वो तो कहते हैं भी यार क्या बात है ना, भी तुम भी की है ना भी यार वधिया कम्यूनिटी वास्ते कर रहे हो, पर अपने लोगों को होया जी है ना, तुम जो सा आपस की गल हूँ जो मैं हूँ गाना किया स्टेफ लंडन कार्डी बी मीगोज मीगोज ना गाँव आया, उन्होंने फ्रेंच मंटा गाँव आया, तो मिस का यूके बहुत व्डा नाम है जी, जिहड़ा मुंडा मेरे नाल रैप करता है ना, वो भी जो देखते हैं यार एडा प्राउड फील करते हैं, वो स्टेफ लंडन इस वक्त यानी कि टॉप आर्टिस्ट है जी, है ना, मेन स्ट्रीम आर्टिस्ट है, वो लिख के पाँदी है भी सिद्धू मूसेवाला थैंक यू तू सानू अपने शो से इनवाइट किया, किड्डी वड्डी गल है जी, अज डेढ़ महीना पौने दो महीने हो गए ब्रिटिश के टॉप चार्ट्स से है AK-47 गाना जी, है ना, मेन स्ट्रीम के चल रहा हजे गाना, है ना, पहला अपना पग वाला बंदा जिहदा यानी कि ईवन क्लब्स के भी सारे बाकी फॉरन आर्टिस्ट ने मेरी फोटो नाल आउंदी उन्होंने, यार किड्डी वड्डी गल है, एडो वड्डा प्रचार की होगा, मैं नहीं कह रहा मैं कुछ कर रहा करता मैं आपका कम ही रहा, पर जरिया देखो असी कित्थे जा रहे हैं, है ना, किड्डा वड्डा प्रचार है कि गल खतर, है ना, तुम आपदे सानू नफरत करी जाने, अज तक अभी थोड़ा यही नहीं है भी सानू नफरत करो यार, अच्छे तो थोड़ा आपदा मानते हैं, इसका फिक ठो के कहने अभी पंजाब तो ये वो असं सिख हाँ साढ़े प पगं बनिया असं कैप्स नहीं रख रहे ये वो फलाना धमका, तो ये साढ़िया जड़ा वड्डिया ने यार, अभी तो थोड़ा कदम माड़ा किया नहीं, इस तरह चाहते तुम वो असं ही वरीय, है ना, तुम सू पिछों पुछ करोगे तो असं अगे वधांगे, है ना, जे पोली करी चलोगे पोली करी चलोगे तो फिर कि चढ़ाना बंदा आह चीज़ है। उम्मीद करते हैं कि जिदा क्योंकि बॉलीवुड तुहानू सपोर्ट कर रहा है, हॉलीवुड में भी उन्होंने सपोर्ट मिल रही है, तो जे होर सारे लोग तुहानू सपोर्ट कर रहे थे ऑब्वियसली, मैडम एक गल नोट की करे अज तो 15-15 साल पहला साडे वाले कलाकार स्टूडियो बाहर बैठे रहिंदे सी मेरी ना मैडम कदे आदत नहीं है, मैं अपने अक्स तो डिग के कदे किसी नाल गल नहीं की, मेरा गाना ले लिया यार, है ना, जे मैंने रणवीर भरावा वांगू मैसेज किया मैं भरावा वांगू ही जवाब दिता, मैं कदे बेनसली मैंने बथेरे बंदे कहने ओए कह दे रणवीर नूं कह दे तैनूं फिल्म च गाना ले लो, मैं नहीं यार उन्हें भाई समझ के मैसेज किया, है ना, जे मैं उहदे ते स्कीम पाई जावां भी हाँ हूँ मैंने कर लिया मैं बिजनेस का मारा हाथ भी यार भाजी असं गाँव कर क्यों करे बई जो उन्होंने लौड़ है वो आप आखूगा ना पापा कड़ा जवाब देने लगे हैं, पर हाँ जे आप अक्स डाउन करिए आपदा ही दूजे जे मेरे नाल पंजाबी ने आप कही भी फलाना बंदा यार भी आ रहा गाँव है ना तेन मैसेज कर रहा कह रहे ना भी मेरा गाँव ले लिया फिल्म बई क्यों कही वेला अपने खातर ज आप एडे वेले भी जा है ना तुरे फिरी अपना काम माड़ा चल रही पर वधिया एज अपना ब्रदर आ वो इन्ना माण करता तो सू
ਇਸੇ ਚੀਜ਼ ਲਈ ਥੈਂਕਫੁਲ ਹੋਣਾ ਚਾਹੀਦਾ ਵੀ ਠੀਕ ਹੈ ਯਾਰ ਭਰਾ ਤੂੰ ਸਾਡਾ ਐਡਾ ਵੱਡਾ ਰਿਕਾਰਡ ਕਰਦਾ, ਇਹ ਤੋਂ ਵੱਧ ਕੀ ਆ। ਗਾਣੇ ਗੁਣੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਜੀ, ਆਹ ਚੀਜ਼ ਹੈ ਜੀ। ਹੁਣ ਬੜੇ ਗਾਣੇ ਲੋਕਾਂ ਦੇ ਠੀਕ ਹੈ ਜੀ, ਬੋਲੀਵੁੱਡ ਕਿਹੜਾ ਸਾਰਾ ਕੁਛ ਹੀ ਹੈ ਜੀ, ਬੋਲੀਵੁੱਡ ਤੋਂ ਉੱਤੇ ਵੀ ਦੁਨੀਆ ਬਹੁਤ ਫੇਰ। ਬਸ ਗੱਲ ਇਹ ਹੈ ਵੀ ਜਿਹੜਾ ਬੰਦਾ ਰਿਸਪੈਕਟ ਕਰਦਾ ਉਹਨੂੰ ਦੁਨੀ ਰਿਸਪੈਕਟ ਮੋੜੋ ਜੀ, ਆਪਾਂ ਦੁਨੀ ਕਰਕੇ ਮੋੜਦੇ ਹਾਂ। ਅੱਜ ਵੀ ਕਹਿੰਦੇ ਵੀ ਉਹ ਜੋ ਭਰਾ ਉਹ ਇੱਕ ਠੋਕ ਕੇ ਕਹਿੰਦਾ ਨਾ, ਤਾਂ ਮੈਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਯਾਰ ਆਪਣਾ ਭਰਾ ਕੋਈ ਬੋਲੀਵੁੱਡ 'ਚ ਵੀ ਹੈਗਾ ਜਿਹੜਾ ਐਡਾ ਵੱਡਾ ਨਾਮ ਹੋਣ 'ਤੇ ਵੀ ਆਪਾਂ ਨੂੰ ਯਾਦ ਰੱਖ ਲੈਣ, ਐਡੀ ਵੱਡੀ ਗੱਲ ਹੈ। ਅੱਛਾ ਰਣਵੀਰ ਦੀ ਚਾਹੇ ਗੱਲ ਹੋਵੇ ਤੇ ਗਾਈਜ਼ ਐਸੀ ਅੱਧੀ ਵੀਡੀਓ ਤੇ ਨੋ ਡਾਊਟ ਹੈ ਪਾਰਟ 'ਚ ਕਮਾਲ ਦੀ ਘੈਂਟ ਗੱਲਬਾਤ ਹੋਈ ਹੈ। ਅਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਇਲਜ਼ਾਮ ਲੱਗੇ ਨੇ, ਓਬਵੀਅਸਲੀ ਇੱਕ ਇਲਜ਼ਾਮ ਤੋਂ ਉਹਦੇ 'ਤੇ ਐਂਕਰ ਨੇ ਵੀ ਸਵਾਲ ਕੀਤੇ, ਤਾਂ ਉਹ ਇਲਜ਼ਾਮ ਹਰ ਇੱਕ ਇੰਟਰਵਿਊ 'ਚ ਹਰ ਇੱਕ ਐਂਕਰ ਉਹ ਸਵਾਲ ਪੁੱਛਦਾ ਜਿਹੜਾ ਸਭ ਤੋਂ ਵੱਡਾ ਸਿੱਧੂ 'ਤੇ ਲਾਉਂਦੇ ਨੇ ਜੀ, ਹਥਿਆਰ ਪ੍ਰਮੋਟ ਕਰਦਾ, ਵਾਇਲੈਂਸ ਪ੍ਰਮੋਟ ਕਰਦਾ। ਤਾਂ ਉਹਦਾ ਇਹ ਜਵਾਬ ਦਿੰਦਾ, ਬਈ ਮੈਂ ਆਪਣੇ ਕੰਮ ਕਰ ਰਿਹਾ ਵਾਂ, ਕਿਸੇ ਤੁਹਾਡੇ ਮਾਂ ਪਿਓ ਦੀ ਤਰਬੀਅਤ ਹੁੰਦੀ ਹੈ, ਉਹ ਕੋਈ ਵੀ ਕਿਸੇ ਦਾ ਹਥਿਆਰ ਚੱਕ ਕੇ ਗਾਣੇ ਸੁਣ ਕੇ ਨਹੀਂ ਪਕੜ ਲੈਂਦਾ। ਅਤੇ ਉਹ ਜਿਹੜੀ ਗੱਲ ਹੋਈ ਖਾਸ ਕਰਕੇ ਸਿੱਧੂ ਨੇ ਜਿਹੜੀ ਆਪਣਾ ਦੱਸਿਆ ਜੀ ਮੈਂ ਗਾਣਾ ਰਿਕਾਰਡ ਕੀਤਾ ਵੇ, ਮੈਂ ਉਹ ਗਾਣਾ ਲਿਖਿਆ ਵੇ, ਅਤੇ ਕਹਿੰਦਾ ਮੈਂ ਰਿਕਾਰਡ ਵੀ ਨਹੀਂ ਕੀਤਾ ਤਾਂ ਕਿ ਲੀਕ ਨਾ ਹੋ ਜਾਵੇ। ਅਤੇ ਬੇਸਿਕਲੀ ਉਹ ਗਾਣਾ ਗੱਲ ਕਰ ਰਿਹਾ ਸੀ 295 ਦੀ, 295 ਸੌਂਗ ਦੀ ਉਹ ਗੱਲ ਕਰ ਰਿਹਾ ਸੀ 295 ਦੀ, ਕਿਉਂਕਿ ਇਹ ਪਿੱਛੇ ਜੱਟੀ ਜਿਉਣ ਐਨ ਕਰਕੇ ਸਿੱਧੂ ਬਾਈ ਸੌਂਗਸ ਦੇ ਵਿੱਚ ਕੋਈ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਵੇ ਕਿ ਕੋਈ ਮਾਈ ਭਾਗੋ ਵੱਲੋਂ ਕੋਈ ਗੱਲਬਾਤ ਹੋ ਗਈ ਸੀ ਜਿਹਦੇ ਕਰਕੇ ਸਿੱਧੂ ਨੂੰ ਸਿੱਧੂ ਦੇ ਪੇਰੈਂਟਸ ਨੂੰ ਗਾਲਾਂ ਕੱਢੀਆਂ ਗਈਆਂ, ਬਹੁਤ ਬੁਰਾ ਭਲਾ ਕਿਹਾ ਗਿਆ, ਬਹੁਤ ਉਹਨਾਂ ਦਾ ਉਸ ਟਾਈਮ ਬਹੁਤ ਮੁਸ਼ਕਲ ਵਕਤ ਸੀ ਸਿੱਧੂ ਦੀ ਫੈਮਲੀ ਵਾਸਤੇ। ਉਹਨਾਂ ਦੇ ਮਾਂ ਪਿਓ ਨੂੰ ਵੀ ਨਹੀਂ ਛੱਡਿਆ ਕਿ ਉਹਨਾਂ ਨੂੰ ਗਾਲਾਂ ਕੱਢ, ਬੁਰਾ ਭਲਾ ਕਹਿਣਾ, ਗਾਲਾਂ ਕੱਢਣਾ, ਯੇ ਵੋ। ਅਤੇ ਉਹ ਹੀ ਦੱਸਦਾ ਪਿਆ ਸੀ ਕਿ ਬਈ ਅਸੀਂ ਵੀ ਸਿੱਖ ਆਉਂਦੇ ਹਾਂ, ਤਾਂ ਗੱਲ ਕੀਤੀ ਕਿ ਅਸੀਂ ਵੀ ਸਿੱਖਾਂ ਨੂੰ ਵੀ ਆਪਣਾ ਮਜ਼ਹਬ ਪਿਆਰਾ ਚਾਹੀਦਾ। ਤਦੀ ਇਹਨੇ 295 ਵਿੱਚ ਆਪਣੇ ਪਿਓ ਦੇ ਪ੍ਰੋਸਪੈਕਟਿਵ ਨਾਲ ਗਾਣਾ ਲਿਖਿਆ ਸੀ ਕਿ ਪੰਥ ਸਿਰਫ ਤੁਹਾਡਾ ਇਕੱਲੇ ਦਾ ਨਹੀਂ, ਸਾਡਾ ਵੀ ਹੈ, ਅਸੀਂ ਵੀ ਸਿੱਖ ਇਸਦਾ ਮੈਂ ਮਜ਼ਹਬ ਤੁਹਾਡਾ ਨਹੀਂ ਸਿਰਫ ਸਾਡਾ ਵੀ ਹੈ ਆਵੇ। ਅਤੇ ਜਿਹੜਾ ਉਹ ਕਲੈਨ ਸੀ ਕਿ ਮਿਲੇ ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ, ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ, ਅਤੇ ਉਸ ਪ੍ਰੋਸਪੈਕਟਿਵ ਤਦੀ ਉਹਨੇ ਗਾਣਾ 295 ਫਿਰ ਤਦੀ ਆਪਣੇ ਫਾਦਰ ਦੇ ਪ੍ਰੋਸਪੈਕਟਿਵ ਨਾਲ ਗਾਇਆ ਸੀ। ਉਸ ਤੋਂ ਬਾਅਦ ਫਿਰ ਉਹਨੇ ਆਪਣੀ ਸਟੋਰੀ ਦੱਸੀ ਗਈ, ਬਈ ਆਹ ਪੱਗ ਨੂੰ ਮੈਂ ਹੋਲੀਵੁੱਡ ਤੱਕ ਵੀ ਕਹਿੰਦੇ ਪਹੁੰਚਾਇਆ, ਆਪਣੇ ਸ਼ੋਅ ਦੀ ਗੱਲ ਕੀਤੀ ਕਿ ਬਈ ਉੱਥੇ ਗੋਰੇ ਕਾਲੇ ਕਹਿੰਦੇ ਸਨ, ਬਈ ਇੱਥੇ ਬੜੇ ਬੜੇ ਆਰਟਿਸਟ ਹਨ, ਇੰਡੀਆ ਦੇ ਆਰਟਿਸਟ ਪਰਫੋਰਮ ਕੀਤੇ, ਲੇਕਿਨ ਤੂੰ ਜਦੋਂ ਕੀਤਾ ਸਾਰੀ ਪੱਗਾਂ ਵਾਲੇ ਆ ਗਏ, ਉਂਝ ਕਦੀ ਅਸੀਂ ਵੇਖੇ ਨਹੀਂ ਨੇ, ਅਤੇ ਤੂੰ ਇੱਕ ਲਫ਼ਜ਼ ਗਾਣੇ ਅਗਲੇ ਦੋ ਗਾ ਰਹੇ ਨੇ, ਤੇਰੇ ਸਾਰੇ ਗਾਣੇ ਯਾਦ ਨੇ। ਅਤੇ ਇਹ ਹੋਈ ਫਿਰ ਮੈਨੂੰ ਉਹ ਗੱਲ ਯਾਦ ਆਉਂਦੀ ਸਿੱਧੂ ਮੂਸੇਵਾਲੇ ਦੇ ਸੌਂਗ ਦੀ ਕਿ ਇੱਥੋਂ ਕਰ ਰੁਤਬਾ ਤੂੰ ਚੱਕ ਸੋਣੀ ਨਹੀਂ ਮੂਸੇਵਾਲੇ ਜੱਟ ਦਾ। ਅਤੇ ਫਿਰ 47 ਦੀ ਗੱਲ ਕੀਤੀ ਸਟੱਫ ਲੰਡਨ ਦੀ ਮਿਸਟ ਦੀ, ਉਹ ਤਾਂ ਵਾਕਈ ਘੈਂਟ ਕਮਾਲ ਸੌਂਗ ਸੀ, ਤੋ UK ਦੇ ਟੋਪ ਚਾਰਟ ਉੱਤੇ ਬਹੁਤ ਦੇਰ ਤੱਕ ਚੱਲਦਾ ਰਿਹਾ ਆਵੇ, ਗੋਰੇ ਕਾਲੇ ਸੁਣੇ ਨੇ। ਅਤੇ ਖਾਸ ਕਰਕੇ ਲੰਡਨ ਦੀ ਗੱਲ ਕਰੀਏ ਤਾਂ ਲੰਡਨ ਲਾਈਵ ਸ਼ੋਅ ਵਿੱਚ, UK ਲਾਈਵ ਸ਼ੋਅ ਵਿੱਚ ਪਹਿਲੇ ਦਿਨ ਸਿੱਧੂ ਦਾ ਸ਼ੋਅ ਸੀ, ਟਿਕਟ ਪਾਈ £20 ਦੀ ਟਿਕਟ £100 ਦੀ ਹੋ ਕੇ ਵਿਕੀ ਸੀ, ਅਤੇ ਪਹਿਲੇ ਦਿਨ ਪੋਸਟਰ ਪਾਇਆ ਸੀ, ਪਹਿਲੇ ਦਿਨ ਹੀ ਸੋਲਡ ਆਊਟ। ਅਤੇ ਇਹ ਰੁਤਬਾ ਸੀ ਸਿੱਧੂ ਬਾਈ ਦਾ, ਉਹ ਆਪਣਾ ਕਹਿ ਰਿਹਾ ਸੀ ਕੰਮ ਕਰੋ, ਤੁਹਾਡੇ ਕੋਲ ਵੀ ਇਕੱਲਾ ਮੈਂ, ਤੁਹਾਡੇ ਕੋਲ ਵੀ ਡੈਰੀ, ਤੁਹਾਡੇ ਕੋਲ ਵੀ ਸਾਰਾ ਕੁਛ ਹੈ, ਮੈਂ ਤੁਹਾਨੂੰ ਰੋਕ ਥੋੜ੍ਹੀ ਰਿਹਾ ਵਾਂ, ਤੁਸੀਂ ਮੇਰੇ ਤੋਂ ਘੈਂਟ ਚੀਜ਼ਾਂ ਲਿਖ ਸਕਦੇ ਹੋ, ਘੈਂਟ ਗਾ ਸਕਦੇ ਹੋ, ਗਾਓ, ਮੈਨੂੰ ਤਾਂ ਖੁਸ਼ੀ ਹੁੰਦੀ ਕਿ ਆਪਣਾ ਕੋਈ ਭੈਣ ਭਰਾ ਅੱਗੇ ਵਧੇ। ਅਤੇ ਬਾਅਦ 'ਚ ਰਣਵੀਰ ਸਿੰਘ ਦੀ ਵੀ ਗੱਲ ਹੋਈ ਕਿ ਬਈ ਉਹਨੇ ਭਰਾ ਬਣ ਕੇ ਮੈਨੂੰ ਮੈਸੇਜ ਕੀਤਾ ਤਾਂ ਮੈਂ ਵੀ ਭਰਾ ਬਣ ਕੇ ਹੀ ਉਹਦੇ ਨਾਲ ਗੱਲ ਕੀਤੀ ਹੈ। ਤਾਂ ਉਹਨੇ ਕਿਹਾ ਬਈ ਬੋਲੀਵੁੱਡ 'ਤੇ ਦੁਨੀਆ ਖਤਮ ਹੋਈ, ਰਿਸ਼ਤੇ ਅੱਗੇ ਵੀ ਦੁਨੀਆ ਆਵੇ। ਅਤੇ ਮੈਨੂੰ ਬੜੇ ਲੋਕਾਂ ਨੇ ਕਿਹਾ ਸੀ ਕਿ ਬਈ ਰਣਵੀਰ ਤੇਰਾ ਭਰਾ ਆਵੇ, ਤੁਹਾਨੂੰ ਕਿਹਾ ਕਿ ਕੋਈ ਬੋਲੀਵੁੱਡ 'ਚ ਗਾਣਾ ਪਾ, ਕਹਿੰਦਾ ਮੈਂ ਨਹੀਂ ਕਹਿਣਾ, ਮੇਰੇ ਨਾਲ ਉਹਨੇ ਭਰਾ ਬਣ ਕੇ ਗੱਲ ਕੀਤੀ ਅਤੇ ਮੈਂ ਇਹਦੇ ਨਾਲ ਭਰਾ ਬਣ ਕੇ ਜਵਾਬ ਦਿੱਤਾ, ਜੇ ਉਹਨੂੰ ਜ਼ਰੂਰਤ ਹੋਏਗੀ ਤਾਂ ਆਪ ਹੀ ਕਹੇਗਾ, ਮੈਂ ਆਪਣੇ ਮੂੰਹੋਂ ਨਹੀਂ ਕਹਿਣਾ। ਅਤੇ ਮਜ਼ੇ ਦੀ ਗੱਲਬਾਤ ਹੋਈ ਹੈ ਅਤੇ ਬਾਕੀ ਵੀਡੀਓ ਅਸੀਂ ਅਗਲੇ ਪਾਰਟ ਵਿੱਚ ਵੇਖਦੇ ਹਾਂ। ਅਤੇ ਫਿਲਹਾਲ ਇਹ ਪਾਰਟ ਇੱਥੇ ਰੁਕ ਨੇ, ਜਿਹਨੇ ਪਾਰਟ 1 ਵੀ ਨਹੀਂ ਵੇਖਿਆ ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲੂ ਅਤੇ ਤੁਸੀਂ ਪਾਰਟ 1 ਵੀ ਜਾ ਕੇ ਵੇਖ ਸਕਦੇ ਹੋ। ਅਤੇ ਫਿਲਹਾਲ ਇਹ ਵੀਡੀਓ 'ਚ ਰੁਕਨੇ, ਉਮੀਦ ਕਰਨਾ ਤੁਹਾਨੂੰ ਪਸੰਦ ਆਈ ਹੋਣੀ ਹੈ, ਜੇ ਪਸੰਦ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਵੀ ਲਾਈਕ ਲਾਜ਼ਮੀ ਕਰ ਦਿਓ। ਮੈਨੂੰ ਇਜਾਜ਼ਤ ਦਿਓ, ਅਗਲੀ ਵੀਡੀਓ ਵਿੱਚ ਦੁਬਾਰਾ ਮੁਲਾਕਾਤ ਹੋਏਗੀ। ਆਪਣਾ ਬੜਾ ਜ਼ਿਆਦਾ ਖਿਆਲ ਰੱਖਿਓ, ਪੀਸ ਆਊਟ।